हाँ जी 17 तारीख को इन्होंने मेरे ऊपर हमला करा था सर, तो मेरी कोई सुनाई नहीं हुई सर। पहले अर्बन स्टेट गई सर, अर्बन स्टेट वालों ने भी मेरी कोई सुनाई नहीं करी सर, कोई मतलब सुनाई नहीं कर रहे सर, पता नहीं क्यों, किससे दबाव पाया हुआ किससे क्या पता नहीं है सर। ठीक है तुहाडा अफसर है, कानून तो सारे वास्ते इक्को ना, ਸਵਿਧਾਨ ਚ ਕਿੱਥੇ ਲਿਖਿਆ ਵੀ ਜਿਹੜਾ ਅਫਸਰ ਕੋਈ ਅਫਸਰ ਵੀ ਹੋਵੇ ਵੀ ਜੇ ਉਹਨੇ ਗੁਨਾਹ ਕਰਤਾ ਵੀ ਉਹਨੂੰ ਬਚਾਇਆ ਜਾਵੇ। ਇਹਨੂੰ ਰਾਹ ਦੇ ਵਿੱਚ ਮੋਬਾਈਲ ਨੰਬਰ ਮੰਗਿਆ ਗਿਆ, ਇਹਨੂੰ ਰਸਤੇ ਚ ਛੇੜਿਆ ਗਿਆ ਤੇ ਕੱਪੜੇ ਫਾੜੇ ਗਏ ਨੇ। ਰਵੀ ਮਾਹੀ ਆਹ ਦੇਖ ਲਓ, ਇਹ ਬੰਦੇ ਉਹਨਾਂ ਦੀ ਮਦਦ ਕਰ ਰਹੇ, ਡੀ ਐਸ ਪੀ ਦਰਸ਼ਨ, ਹਥਿਆਰਾਂ ਵਾਲੀਆਂ ਵੀਡੀਓ ਚੱਲ ਰਹੀਆਂ ਨੇ, ਸਰਕਾਰ ਇਸ ਚੀਜ਼ ਦੇ ਖਿਲਾਫ਼ ਆ ਤੇ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ। ਇਲੈਕਸ਼ਨ ਟਾਈਮ ਚੱਲ ਰਹੇ ਆ, ਇਲੈਕਸ਼ਨ ਦੇ ਵਿੱਚ ਇਹਨਾਂ ਤੋਂ ਗੁੰਡਾਗਰਦੀ ਕਰਵਾਉਣੀ ਆ, ਕੀ ਹੋਣਾ? ਕੱਲ ਧਰਨਾ ਸੀਗਾ ਬੀਬੀ ਦਾ ਪਰਿਵਾਰ ਦਾ, ਅੱਗੇ ਧਰਨਾ ਹੋਊਗਾ ਸੰਸਥਾ ਦਾ। ਇਹ 17 ਤਰੀਕ ਦਾ ਵਾਕਿਆ ਜਿਹੜਾ ਇਹਦੇ ਨਾਲ ਹੋਇਆ, ਸਾਨੂੰ ਗੁੰਮਰਾਹ ਕਰਿਆ ਜਾ ਰਿਹਾ, ਅਫਸਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਬੈਂਕ ਕਰਮਚਾਰੀ ਦੀ ਮਹਿਲਾ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਗਰਵਾਉਂਦਾ ਜਾ ਰਿਹਾ। ਜੇਕਰ ਗੱਲ ਕੀਤੀ ਜਾਵੇ 12 ਦਿਨ ਪਹਿਲਾਂ ਜਿਹੜਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਅਜੇ ਤੱਕ ਜਿਹੜਾ ਪਰਿਵਾਰ ਨੂੰ ਇਨਸਾਫ਼ ਹੈ ਨਹੀਂ ਮਿਲਿਆ, ਦਰ ਦਰ ਦੀਆਂ ਠੋਕਰਾਂ ਖਾਈਆਂ ਜਾ ਰਹੀਆਂ ਨੇ, ਥਾਣੇ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ। ਆਖਿਰਕਾਰ ਅਜਿਹੀ ਕਿਹੜੀ ਸ਼ਾਹ ਹੈ ਜਿਹੜੀ ਕੀ ਨਾਮ ਹੈ ਸੁਣਵਾਈ ਜਿਹੜੀ ਆ ਉਹ ਨਹੀਂ ਹੋ ਰਹੀ। ਸੋ ਅੱਜ ਸਾਡੇ ਨਾਲ ਉਹ ਮਹਿਲਾ ਮੌਜੂਦ ਨੇ ਤੇ ਨਾਲ ਹੀ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹ ਵੀ ਮੌਜੂਦ ਨੇ, ਜਿਹੜੀ ਉਹਨਾਂ ਦੀ ਹੈਲਪ ਕਰ ਰਹੇ ਨੇ। ਤੁਹਾਨੂੰ ਤਸਵੀਰ ਦਿਖਾ ਦਈਏ, ਇੱਕ ਤਸਵੀਰਾਂ ਵੀ ਜਿਹੜੀਆਂ ਨੇ ਉਹ ਹੱਥ ਦੇ ਵਿੱਚ ਫੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਉਹ ਮਹਿਲਾ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ। ਦੱਸੋ ਤਸਵੀਰਾਂ ਜਿਹੜੀਆਂ ਫੜੀਆਂ ਹੋਈਆਂ ਨੇ ਹੈ ਕੀ ਹੈ ਜੀ? ਇਹ ਜੀ ਗੈਂਗਸਟਰ ਹੈ ਸਰ, ਇੱਕ ਰਵੀ ਮਾਹੀ ਹੈ ਜੀ। ਹਾਂਜੀ 17 ਤਰੀਕ ਕੋ ਇਹਨਾਂ ਨੇ ਮੇਰੇ ਉੱਪਰ ਹਮਲਾ ਕਰਾ ਤਾ ਸਰ, ਤੋ ਮੇਰੀ ਕੋਈ ਸੁਣਾਈ ਨਹੀਂ ਹੋਈ ਸਰ। ਹਾਂਜੀ ਮੈਂ ਆਪਣੇ ਡੀ ਆਈ ਜੀ ਸਾਹਿਬ ਕੇ ਪਾਸ ਵੀ ਗਈ, ਉਹਨਾਂ ਨੇ ਫਿਰ ਮਤਲਬ ਐਪਲੀਕੇਸ਼ਨ ਦੀ ਸਰ, ਪਹਿਲੇ ਅਰਬਨ ਸਟੇਟ ਗਈ ਸਰ, ਅਰਬਨ ਸਟੇਟ ਵਾਲੋਂ ਨੇ ਵੀ ਮੇਰੀ ਕੋਈ ਸੁਣਾਈ ਨਹੀਂ ਕਰੀ ਸਰ। ਫਿਰ ਹਮ ਡੀ ਆਈ ਜੀ ਸਰ ਕੇ ਪਾਸ ਗਏ ਐਪਲੀਕੇਸ਼ਨ ਦੇ ਕੇ, ਉਹਨਾਂ ਨੇ ਡੀ ਸੀ ਸਾਹਿਬ ਕੋ ਮਾਰਕ ਕਰੀ, ਉਹ ਕਹਿ ਰਹੇ ਵੀ ਹਮਾਰੇ ਪਾਸ ਕੋਈ ਨਹੀਂ ਆਈ ਹੈ ਐਪਲੀਕੇਸ਼ਨ। ਹਾਂ ਡੀ ਐਸ ਪੀ ਸਾਹਿਬ ਕਿਉਂ ਜਿਹੜਾ ਕਾਰਵਾਈ ਕਿਉਂ ਨਹੀਂ ਹੋ ਰਹੀ? ਤੁਸੀਂ ਥਾਣੇ ਦੇ ਬਾਹਰ ਵੀ ਧਰਨਾ ਲਗਾਇਆ ਸੀ, ਤੁਸੀਂ ਡੀ ਆਈ ਜੀ ਨੂੰ ਵੀ ਮੰਗ ਪੱਤਰ ਦਿੱਤਾ ਸੀ, ਅਜਿਹਾ ਕਿਉਂ ਜਿਹੜਾ ਕਾਰਵਾਈ ਨਹੀਂ ਹੋ ਰਹੀ? ਅਜਿਹਾ ਕਿਹੜਾ ਸ਼ਖਸ ਹੈ ਜਿਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੋ ਰਹੀ? ਪਤਾ ਨਹੀਂ, ਪ੍ਰਸ਼ਾਸਨ ਸਰ, ਪ੍ਰਸ਼ਾਸਨ ਸਰ, ਇਹ ਤਾਂ ਨਹੀਂ ਪਤਾ ਹੈ ਨਾ ਸਰ, ਬਈ ਕਿਉਂ ਡੀ ਐਸ ਪੀ ਸਰ ਸਭ ਕੋ ਪਤਾ ਹੋਣਾ ਚਾਹੀਏ ਵੀ ਕਿਉਂ ਕਾਰਵਾਈ ਨਹੀਂ ਹੋ ਰਹੀ ਹੈ। ਮਾਮਲਾ ਹੋਇਆ ਕੀ ਸੀ ਪਹਿਲਾਂ ਪੂਰੀ ਜਾਣਕਾਰੀ ਸਾਂਝੀ ਕੀਤਾ, ਹੋਇਆ ਕੀ ਸੀ ਪੂਰਾ ਮਾਮਲਾ? 14 ਤਰੀਕ ਕੋ ਸਰ ਮੇਰੇ ਬੇਟੇ ਕੋ ਮਾਰਾ ਹੈ, ਇਹ ਮੇਰੇ ਸੇ ਛੇੜਛਾੜ ਕਾਨੀ ਹੈ ਕਰਤਾ ਤਾਂ ਦਰਸ਼ਨ ਸਿੰਘ ਮੇਰੇ ਆਪਣੇ ਬੇਟੇ ਕੋ ਬਤਾਇਆ, ਤਾਂ ਮੇਰੇ ਬੇਟੇ ਪੇ ਇਹਨਾਂ ਨੇ ਸਾਰੇ ਪਰਿਵਾਰ ਨੇ ਹਮਲਾ ਕਰਾ। ਫਿਰ ਮੈਨੇ ਐਮ ਸੀ ਸਰ ਕੋ ਆਪਣਾ ਮਤਲਬ ਫੋਨ ਕੀਆ ਸਰ, ਜਬ ਮਤਲਬ ਐਮ ਸੀ ਸਰ ਆਏ ਤਾਂ ਇਹ ਇੱਧਰ ਉੱਧਰ ਹੋ ਗਏ ਸਾਰੇ, ਫਿਰ ਹੋਸਪਿਟਲ ਲੈ ਕੇ ਗਏ, ਹੋਸਪਿਟਲ ਲੈ ਕੇ ਗਏ ਤਾਂ ਉਹਨਾਂ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਕਰੀ ਸਰ। ਧਰਨਾ ਵੀ ਲਗਾਇਆ ਸੀ, ਕੋਈ ਵਿਸ਼ਵਾਸ ਦਿੱਤਾ ਗਿਆ ਸੀ ਧਰਨਾ ਦੌਰਾਨ? ਹਾਂਜੀ ਡੀ ਐਸ ਪੀ ਸਰ ਨੇ ਮਤਲਬ ਵਿਸ਼ਵਾਸ ਦਿਆ, ਤਾਂ 2 ਦਿਨ ਕਾ ਅਭੀ ਤੱਕ ਕੁਛ ਵੀ ਨਹੀਂ ਹੋਇਆ ਸਰ, ਮੇਰੀ ਕੋਈ ਕਾਰਵਾਈ ਨਹੀਂ ਕਰੀ, ਕੋਈ ਮਤਲਬ ਸੁਣਾਈ ਨਹੀਂ ਕਰ ਰਹੇ ਸਰ, ਪਤਾ ਨਹੀਂ ਕਿਉਂ, ਕਿਸੇ ਦਬਾਅ ਪਾਇਆ ਹੋਇਆ ਕਿਸੇ ਕਿਆ ਪਤਾ ਨਹੀਂ ਹੈ ਸਰ, ਮਾਜਰਾ ਕੀ ਹੈਗਾ ਹਮੇ ਕੁਛ ਨਹੀਂ ਪਤਾ। ਹਾਂਜੀ ਸਰਪੰਚ ਸਾਹਿਬ ਤੁਸੀਂ ਵੀ ਨਾਲ ਆਏ ਹੋ, ਮੋਹਤਵਰ ਐਮ ਸੀ ਸਾਹਿਬ ਵੀ ਮੌਜੂਦ ਨੇ, ਤੁਸੀਂ ਧਰਨਾ ਵੀ ਲਗਾਇਆ, ਆਵਾਜ਼ ਚੁੱਕੀ, ਉਸ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਕਾਰਵਾਈ ਨਹੀਂ ਹੋ ਰਹੀ, ਕਾਰਨ ਕੀ ਸਮਝਦੇ ਹੋ? ਸਰ ਜਿਹੜਾ ਉਹ ਦਰਸ਼ਨ ਸਿੰਘ ਡੀ ਐਸ ਪੀ ਰਿਟਾਇਰ ਹੈ, ਮੈਂ ਸਿੱਧੀ ਸਿੱਧੀ ਗੱਲ ਕਹੂੰਗਾ ਕਿ ਸਾਡਾ ਪਟਿਆਲੇ ਦਾ ਪ੍ਰਸ਼ਾਸਨ ਕਿਉਂ ਨਹੀਂ ਇਹ ਚੀਜ਼ ਦੇਖ ਰਿਹਾ, ਕਿਉਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ? ਠੀਕ ਹੈ ਤੁਹਾਡਾ ਅਫਸਰ ਹੈ, ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕੋ ਨਾ, ਸਵਿਧਾਨ ਚ ਕਿੱਥੇ ਲਿਖਿਆ ਵੀ ਜਿਹੜਾ ਅਫਸਰ ਕੋਈ ਅਫਸਰ ਵੀ ਹੋਵੇ ਵੀ ਜੇ ਉਹਨੇ ਗੁਨਾਹ ਕਰਤਾ ਵੀ ਉਹਨੂੰ ਬਚਾਇਆ ਜਾਵੇ? ਸਾਰੇ ਆਮ ਪਟਿਆਲੇ ਦੀ ਜਿਹੜੀ ਪੁਲਿਸ ਆ ਉਹ ਬਚਾਉਣਾ ਚਾਹੁੰਦੀ ਹੈ, ਸੀਨੀਅਰ ਅਫਸਰਾਂ ਦੇ ਮੈਂ ਗਏ ਹਾਂ,
ਜਿਹੜੀ ਵੀ ਮੈਂ ਆਵਾਜ਼ ਸੁਣ ਰਿਹਾ, ਬਸ ਇੱਕੋ ਗੱਲ ਕਹੀ ਜਾਂਦੇ ਕਿ ਬੀਬੀ ਜੁੱਤੀ ਕੱਢ ਰਹੀ ਹੈ, ਮਾਰ ਰਹੀ ਨਹੀਂ ਜੁੱਤੀ ਕੱਢ ਰਹੀ ਹੈ, ਸਾਡੇ ਕੋਲ ਵੀ ਵੀਡੀਓ ਆ, ਪਰ ਯਾਰ ਜੁੱਤੀ ਜਨਾਨੀ ਕਦੋਂ ਕੱਢਦੀ ਹੈ, ਕਦੋਂ ਦੀ ਹਰਕਤ, ਜਦੋਂ ਕੋਈ ਉਹਦੇ ਨਾਲ ਇਸ ਤਰ੍ਹਾਂ ਦੀ ਹਰਕਤ ਹੁੰਦੀ ਹੈ ਉਹਨੂੰ ਝਚੋੜਿਆ ਜਾਂਦਾ। ਇਹਨੇ ਹੰਢਾਏ ਜਾਣੇ ਆਪਣੇ ਪਿੰਡੇ 'ਤੇ, ਇਹਨੂੰ ਰਾਹ ਦੇ ਵਿੱਚ ਮੋਬਾਇਲ ਨੰਬਰ ਮੰਗਿਆ ਗਿਆ, ਇਹਨੂੰ ਰਸਤੇ 'ਚ ਛੇੜਿਆ ਗਿਆ ਅਤੇ ਕੱਪੜੇ ਫਾੜੇ ਗਏ ਨੇ। ਇਹਨਾਂ ਨੇ ਸਾਡੇ ਕੋਲ ਫਰਿਆਦ ਕਰੀ ਆ, ਜੇ ਅਸੀਂ ਇਹਦੀ ਫਰਿਆਦ ਚੱਕ ਲਈ ਸਾਨੂੰ ਤਾਂ ਕਿਉਂ ਲੱਗਿਆ ਆਹ ਬੰਦੇ ਨੇ, ਆਹ ਸਰੇਆਮ ਕਮੈਂਟ ਕਰ ਰਹੇ ਨੇ ਸਾਨੂੰ। ਆਹ ਰਵੀ ਮਾਹੀ ਆਹ ਦੇਖ ਲਓ, ਇਹ ਬੰਦੇ ਉਹਨਾਂ ਦੀ ਮਦਦ ਕਰ ਰਹੇ ਡੀ ਐਸ ਪੀ ਦਰਸ਼ਨ ਰਿਟਾਇਰ ਦੀ, ਅਤੇ ਆਈ ਜੀ ਸਾਹਿਬ ਨੂੰ ਅੱਜ ਅਸੀਂ ਦੇਖ ਕੇ ਆਏ ਫੋਟੋਆਂ, ਕਿਉਂ ਨਹੀਂ ਕਾਰਵਾਈ ਹੋ ਰਹੀ? ਹਥਿਆਰਾਂ ਵਾਲੀਆਂ ਵੀਡੀਓ ਚੱਲ ਰਹੀਆਂ ਨੇ, ਸਰਕਾਰ ਇਸ ਚੀਜ਼ ਦੇ ਖਿਲਾਫ ਆ ਅਤੇ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ, ਇਲੈਕਸ਼ਨ ਟਾਈਮ ਚੱਲ ਰਿਹਾ। ਕਿਉਂ ਸਰ, ਕਿਉਂ ਸੀਨੀਅਰ ਅਫਸਰ ਪਟਿਆਲੇ ਦੇ ਕੀ ਕਰ ਰਹੇ ਨੇ? ਕੀ ਇਲੈਕਸ਼ਨ ਦੇ ਵਿੱਚ ਇਹਨਾਂ ਤੋਂ ਗੁੰਡਾਗਰਦੀ ਕਰਵਾਉਣੀ ਆ? ਕੀ ਇਹ ਲੋਕਾਂ ਨੂੰ ਮਰਵਾਉਣਗੇ? ਇਹਨਾਂ ਦੇ ਬੱਚਿਆਂ ਨੂੰ ਤੇ ਇਹਨਾਂ ਨੂੰ ਕੰਪੈਰੀਜ਼ਨ ਕਰਕੇ ਦੇਖੋ ਵੀ ਇਹ ਕਿੱਦਾਂ ਦੇ ਬੰਦੇ ਨੇ ਜਿਹੜੇ ਉਹਨਾਂ ਦੇ ਹੱਕ 'ਚ ਖੜੇ ਨੇ। ਇੱਕ ਲੇਡੀ 'ਚ ਪਿੱਟ ਪਿੱਟ ਕੇ ਕਹਿ ਰਹੀ ਹੈ ਕਿ ਮੈਨੂੰ ਗਲਤ ਟੱਚ ਕੀਤਾ ਗਿਆ, ਮੇਰਾ ਮੋਬਾਈਲ ਨੰਬਰ ਮੰਗਿਆ ਗਿਆ, ਗਲਤ ਤਰੀਕੇ ਨਾਲ ਮੈਨੂੰ ਛੇੜਿਆ ਜਾ ਰਿਹਾ ਅਤੇ ਮੈਨੂੰ ਖਤਰਾ ਉਸ ਬੰਦੇ ਤੋਂ, ਮੈਨੂੰ ਕਹਿ ਰਿਹਾ ਕਿ ਮੈਂ ਤੇਰੇ ਘਰ ਦਾ ਖਰਚਾ ਪਾਣੀ ਚਲਾ ਦੂੰਗਾ। ਦੱਸੋ ਵੀ ਉਸ ਬੰਦੇ ਨੂੰ ਕਾਰਵਾਈ ਨਹੀਂ ਹੋ ਰਹੀ, ਧਰਨਾ ਲਗਾ ਲਿਆ, ਫਿਰ ਸਾਨੂੰ ਵਿਸ਼ਵਾਸ ਦਿੱਤੇ, ਅਸੀਂ ਫਿਰ ਵੀ ਪ੍ਰਸ਼ਾਸਨ ਦਾ ਸਾਥ ਦਿੰਦੇ ਹਾਂ ਕਿ 2 ਦਿਨ 'ਚ ਤੁਸੀਂ ਕਾਰਵਾਈ ਕਰ ਦਿਓ, ਨਹੀਂ ਤਾਂ ਫਿਰ ਅਣਮਿੱਥੇ ਸਮੇਂ ਜਿਹੜਾ ਸੰਤ ਸਮਾਜ ਨਾਲ ਸਾਡੀ ਗੱਲ ਹੋਊਗੀ, ਅੰਮ੍ਰਿਤਸਰ ਤੋਂ ਆ ਕੇ ਬੈਠਣਗੇ, ਫਿਰ ਤੁਹਾਡੀ ਜ਼ਿੰਮੇਵਾਰੀ ਹੋਊਗੀ ਕਿ ਕੀ ਹੋਣਾ। ਕੱਲ੍ਹ ਧਰਨਾ ਸੀਗਾ ਬੀਬੀ ਦਾ, ਪਰਿਵਾਰ ਦਾ, ਅੱਗੇ ਧਰਨਾ ਹੋਊਗਾ ਸੰਸਥਾ ਦਾ, ਫਿਰ ਤੁਸੀਂ ਜ਼ਿੰਮੇਵਾਰ ਹੋਊਗਾ। ਐਕਸ਼ਨ ਕਮੇਟੀ ਤੇ ਮੇਰੀ ਸਾਰੇ ਮੈਂਬਰਾਂ ਨਾਲ ਚੱਲ ਰਹੀ ਹੈ, ਚਾਹੇ ਅਜੇ ਵਿੱਕੀ ਪਰੋਚਾ ਜੀ ਨੇ ਸਾਡੇ ਧੂਰੀ ਤੋਂ, ਚਾਹੇ ਬਣੀ ਖਹਿਰਾ ਜੀ ਨੇ, ਕਮੀ ਕਲਿਆਣ ਜੀ ਨੇ, ਸਾਰੀ ਸਾਡੇ ਨਾਲ ਗੱਲ ਚੱਲ ਰਹੀ ਹੈ। ਅਸੀਂ ਪੂਰਾ ਟੋਟਲ ਪਟਿਆਲਾ ਜਾਮ ਕਰਾਂਗੇ ਅਗਲੀ ਵਾਰ, ਔਰ ਪੱਕਾ ਟੈਂਟ ਲਾ ਕੇ ਧਰਨਾ ਲਾਵਾਂਗੇ। ਨਹੀਂ ਸਾਨੂੰ 2 ਦਿਨ ਦੇ ਵਿੱਚ ਵਿੱਚ ਜਿਹੜੀ ਕਾਰਵਾਈ ਉਹ ਕਰਨੀ ਚਾਹੀਦੀ ਹੈ। ਇਹਨਾਂ ਦੇ ਬੱਚਿਆਂ ਨੇ ਜੇ ਜਾ ਕੇ ਰਾਂਭਾ ਦੇ ਤਿਆ, 14 ਤਰੀਕ ਨੂੰ ਕੁੱਟਮਾਰ ਹੋ ਗਈ, 15 ਨੂੰ ਪਰਚਾ ਹੋ ਗਿਆ, ਇਹ 17 ਤਰੀਕ ਦਾ ਵਾਕਿਆ ਜਿਹੜਾ ਇਹਦੇ ਨਾਲ ਹੋਇਆ। ਸਾਨੂੰ ਗੁੰਮਰਾਹ ਕਰਿਆ ਜਾ ਰਿਹਾ, ਅਫਸਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਪਤਾ ਨਹੀਂ ਕਿਉਂ ਉੱਥੇ ਦਾ ਜਿਹੜਾ ਅਰਬਨ ਸਟੇਟ ਦਾ SHO ਗੁੰਮਰਾਹ ਕਰ ਰਿਹਾ ਅਫਸਰਾਂ ਨੂੰ, DSP ਸਾਹਿਬ, ਕਿ ਜੀ ਬੀਬੀ ਦੀ ਗਲਤੀ ਆ, ਬੀਬੀ ਨੇ ਜੁੱਤੀ ਕੱਢੀ, ਕਿਉਂ ਵਾਰ ਵਾਰ ਕਹਿਣਾ ਕਿ ਇਹਦੇ ਨਾਲ ਗਲਤ ਕੀਤਾ ਗਿਆ, ਗਲਤ ਟੱਚ ਕੀਤਾ ਗਿਆ, ਹਰਕਤਾਂ ਕੀਤੀਆਂ ਤਾਂ ਜੁੱਤੀ ਕੱਢੀ ਆ। ਜਲਦੀ ਇਹਨੂੰ ਇਨਸਾਫ਼ ਦੇਣਾ ਚਾਹੀਦਾ, ਜੋ ਸੱਚਾਈ ਆ ਹੈ ਸਾਹਮਣੇ, ਇਹਨਾਂ ਨੂੰ ਵਿਚਾਰੇ ਨੇ ਉਹ ਕਮੈਂਟ ਕਰ ਰਹੇ ਨੇ ਸਾਡੇ ਕੋਲ, ਉਹਨਾਂ ਦੇ ਵੀ ਸਕਰੀਨਸ਼ਾਟ ਨੇ। ਕਮੈਂਟ ਕਿੱਥੇ ਕਿੱਥੇ ਨੇ ਫੇਸਬੁੱਕ ਤੇ? ਮੈਂ ਤੁਹਾਨੂੰ ਦਿਖਾਉਣਾ, ਇੱਕ ਪੱਖ ਲਿਆ, ਇੱਕ ਮੀਡੀਆ ਚੈਨਲ ਆ, ਕੱਲ DSP ਸਾਹਿਬ ਦਾ ਪੱਖ ਲੈ ਕੇ ਆਇਆ, ਤੇ ਬੀਬੀ ਦਾ ਪੱਖ ਨਹੀਂ ਲਿਆ, ਸਾਡਾ ਪੱਖ ਨਹੀਂ ਲਿਆ, ਦੂਜੀ ਪਾਰਟੀ ਦਾ ਪੱਖ ਨਹੀਂ ਲਿਆ, ਪੱਖ ਲਓ ਤੁਸੀਂ, ਤੱਥਾਂ ਨੂੰ ਦਿਖਾਉਂਦੇ ਆ ਅਸੀਂ, ਆਹ ਤੱਥ ਨੇ। ਉਹ ਬੰਦੇ ਸਾਨੂੰ ਪੁੱਛਦਾ ਸਬੂਤ, ਆਹ ਸਬੂਤ ਨੇ ਉਹਨਾਂ ਦੇ, ਇਹ ਹੈਗਾ 13 ਰਵੀ ਮਾਹੀ, ਜਿਹੜਾ ਬੰਦਾ ਕਮੈਂਟ ਕਰ ਰਿਹਾ ਆਹ ਉਹਦਾ ਸਟੇਟਸ ਆ ਜੀ, ਆਹ ਨੇ ਉਹ ਸਾਡੇ ਨਾਲ ਕੰਪੈਰੀਜ਼ਨ ਕਰ ਰਹੇ ਨੇ ਚੀਜ਼ਾਂ ਨੂੰ, ਤੇ ਸਾਨੂੰ ਖੁਦ ਖਤਰਾ ਹੈ, ਸਾਨੂੰ ਖੁਦ ਧਮਕੇ ਦਿੰਦੇ ਨੇ ਕੁਛ, ਮੈਂ ਕਹੂੰਗਾ ਵੀ ਕੁਛ ਗੁੰਡਾ ਅਨਸਰ, ਕੁਛ ਤੱਤ ਰਲੇ ਹੋਏ ਨੇ ਜਿਹੜੇ ਪੁਲਿਸ ਨੂੰ ਵੀ ਗੁੰਮਰਾਹ ਕਰ ਰਹੇ ਨੇ, ਸੱਚਾਈ ਸਾਹਮਣੇ ਨਹੀਂ ਆਉਣ ਦੇ ਰਹੇ। ਮੋਢੀ ਹੋ ਜਿਹੜਾ ਪਿੰਡ ਦਾ ਜਾਂ ਮੁਹੱਲੇ ਦਾ MC ਹੁੰਦਾ, ਉਹ ਮੋਢੀ ਹੁੰਦਾ, ਤੁਸੀਂ ਵੀ ਜਿਹੜਾ ਲਗਾਤਾਰ ਜਾ ਰਹੇ ਹੋ, ਅਜਿਹਾ ਕਿਉਂ ਨਹੀਂ ਤੁਹਾਡੀ ਵੀ ਸੁਣਵਾਈ ਹੋ ਰਹੀ? ਕਿਉਂਕਿ ਤੁਸੀਂ MC ਦੀ ਸੁਣੀ ਜਾ ਰਹੀ, ਫਿਰ ਕਿਹਦੀ ਸੁਣੀ ਜਾਊਗੀ? ਇਹੀ ਤਾਂ ਸਮਝ ਨਹੀਂ ਇਹ ਜੀ, ਪ੍ਰਸ਼ਾਸਨ ਕਰ ਕੀ ਰਿਹਾ, ਪੁਲਿਸ ਪ੍ਰਸ਼ਾਸਨ ਨੂੰ ਸਮਝ ਨਹੀਂ ਆ ਰਹੀ। ਸਾਨੂੰ ਤਾਂ 14 ਤਰੀਕ ਨੂੰ ਇਹਨਾਂ ਨੇ ਵੀ ਕੰਪਲੇਂਟ ਲਿਖਾਈ, 17 ਨੂੰ ਵੀ ਲਿਖਾਈ ਕੰਪਲੇਂਟ, ਬਟ IO ਸਾਹਿਬ ਦਾ ਕੱਲ ਅਸੀਂ ਪੁੱਛਿਆ ਤਾਂ ਕੀ ਕਰਿਆ ਤੁਸੀਂ ਉਹਦੇ ਉਸ ਕੰਪਲੇਂਟ ਦਾ ਕੀ ਕੀਤਾ? ਕਹਿੰਦੇ ਜੀ ਹਜੇ ਤਾਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਦਕਿ ਉਹਨਾਂ ਨੇ 14 ਨੂੰ ਕੰਪਲੇਂਟ ਲਿਖਾਈ ਤੇ 15 ਨੂੰ ਇਹਨਾਂ ਤੇ ਪਰਚਾ ਕਰਤਾ, ਤੇ ਦੋਗਲਾਪਣ ਪੁਲਿਸ ਦਾ ਮੈਨੂੰ ਸਮਝ ਨਹੀਂ ਆਇਆ ਹੈਗਾ, ਇਸ ਕਰਕੇ ਕੁਛ ਦਾਲ 'ਚ ਕਾਲਾ ਲੱਗ ਰਿਹਾ ਹੈਗਾ। ਚਾਹੀਦਾ ਹੁਣ ਪੁਲਿਸ ਪ੍ਰਸ਼ਾਸਨ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਇਹ ਚਾਹੀਦਾ ਹੈ, SHO ਨੂੰ ਪੁੱਛਿਆ ਜਾਵੇ, IO ਨੂੰ ਪੁੱਛਿਆ ਜਾਵੇ ਇਹ ਕੀ ਹੋ ਕੀ ਰਿਹਾ ਹੈਗਾ, ਤੇ ਬਿਲਕੁਲ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਦਰ ਦਰ ਧੱਕਰਾ ਠੋਕਰਾ ਖਾ ਰਿਹਾ ਹੈ, SDM ਸਾਹਿਬ ਦੇ ਇਹ ਜਾਏ, DSP ਸਾਹਿਬ ਦੇ ਇਹ ਜਾਏ, DIG ਸਾਹਿਬ ਦੇ ਇਹ ਜਾਏ, ਥਾਣੇ 'ਚ ਇਹ ਹਾਈ ਕਲਾਪ ਕਰਿਆ ਹੈ, ਧਰਨਾ ਵੀ ਤੁਹਾਡੇ ਸਾਹਮਣੇ ਲੱਗਿਆ ਸੀ ਕੱਲ, ਪਰ ਕੁਛ ਹੱਲ ਹੀ ਨਹੀਂ ਨਿਕਲ ਰਿਹਾ ਹੈਗਾ। ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਕਿਸ ਦਾ ਦਬਾਅ ਆ, ਇਹ ਨਹੀਂ ਸਮਝ ਆ ਰਿਹਾ ਕਿ ਉੱਪਰੋਂ ਕੀ ਦਬਾਅ ਪਿਆ ਹੋਇਆ ਹੈ, ਕਿਉਂ ਨਹੀਂ ਕਾਰਵਾਈ ਕਰ ਰਿਹਾ ਹੈ, ਘੱਟੋ ਘੱਟ ਉਹਨੂੰ ਬੁਲਾ ਕੇ ਪੁੱਛਿਆ ਜਾਵੇ ਵੀ ਕੀ ਗੱਲ ਹੈ ਇਹ। ਬਿਲਕੁਲ, ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ
ਮਹਿਲਾ ਵੱਲੋਂ ਅਤੇ ਹੋਰ ਸੰਸਥਾਵਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਕੀ ਆਖਿਰਕਾਰ ਜਿਹੜੀ ਇਹ ਮਹਿਲਾ ਕਦ ਤੱਕ ਜਿਹੜਾ ਧਰਨੇ ਪ੍ਰਦਰਸ਼ਨ ਕਰਦੀ ਰਹੇਗੀ, ਕੀ ਇਨਸਾਫ਼ ਮਿਲੇਗਾ? ਕਿ ਦੂਜੀ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਅਜਿਹੀ ਕਿਹੜੀ ਜਿਹੜੀ ਆ ਸ਼ਾਇਦ ਕਿ ਉਸ ਉੱਪਰ ਜਿਹੜੀ ਕਾਰਵਾਈ ਆ ਉਹ ਨਹੀਂ ਹੋ ਰਹੀ। ਸੋ ਅਸੀਂ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਵੀ ਕਿਉਂ ਨਹੀਂ ਜਿਹੜੀ ਆ ਕਾਰਵਾਈ ਹੋ ਰਹੀ। ਮੈਂ ਜੰਗਜੀਤ ਸਿੰਘ, DSP ਸਿਟੀ 2 ਪਟਿਆਲਾ। ਤਫੱਜਲਪੁਰਾ ਉੱਥੇ ਆਂਢੀ ਗੁਆਂਢੀ ਨੇ ਇਹਨਾਂ ਦੀ ਕੋਈ ਪੁਰਾਣੀ ਵੀ ਕੁੱਕੁਨਸ ਚੱਲਦੀ ਹੈ ਛੋਟੀ ਛੋਟੀਆਂ ਗੱਲਾਂ ਤੋਂ ਲੈ ਕੇ। ਉਹ ਗਲੀ ਥੋੜੀ ਛੋਟੀ ਆ ਵੀ ਇਹਨੇ ਮੋਟਰਸਾਈਕਲ ਖੜਾ ਕਰਤਾ ਜੀ, ਸਾਡੀ ਗੱਡੀ ਨਹੀਂ ਮੁੜਦੀ ਜੀ, ਸਾਡਾ ਐਂ ਨਹੀਂ ਮੁੜਦਾ, ਛੋਟੀ ਛੋਟੀਆਂ ਗੱਲਾਂ ਤੋਂ ਲੈ ਕੇ ਇਹਨਾਂ ਦੀ ਆਪਸ ਰੰਜਿਸ਼ ਵਧੀ ਹੋਈ ਹੈ। 14 ਤਰੀਕ ਨੂੰ ਉੱਥੇ ਇੱਕ ਸਾਡੇ ਰਿਟਾਇਰਡ DSP ਰਹਿੰਦੇ ਨੇ ਦਰਸ਼ਨ ਸਿੰਘ, ਉਹਨਾਂ ਦੇ ਉੱਤੇ ਕਰਦੇ ਉਹਦੇ ਸਾਹਮਣੇ ਇੱਕ ਲੇਡੀ ਰਹਿੰਦੀ ਹੈ ਲਤਾ। ਇਹਨਾਂ ਦਾ ਆਪਸ ਕੋਈ ਲੜਾਈ ਝਗੜਾ ਛੋਟੀ ਛੋਟੀ ਗੱਲਾਂ ਤੋਂ ਲੈ ਕੇ ਪਹਿਲਾਂ ਵੀ ਹੋਇਆ, ਉਸ ਦਿਨ ਵੀ ਹੋਇਆ, ਉਸ ਦਿਨ ਹੋਇਆ ਅਤੇ 14 ਤਰੀਕ ਨੂੰ ਝਗੜਾ ਹੋਇਆ। ਫਿਰ ਅਸੀਂ ਵੈਰੀਫਾਈ ਕਰਕੇ ਪੂਰੀ ਪੜਤਾਲ ਕਰਕੇ ਉਹਨਾਂ ਦੇ ਬੰਦੇ 4 ਦਾਖਲ ਹੋਏ, ਜੋ ਲੜਾਈ ਹੋਈ ਬੰਦੇ ਦਾਖਲ ਹੋਏ ਅਤੇ 3 ਬੰਦੇ ਦਾਖਲ ਹੋਏ, ਬਲਜੀਤ ਸਿੰਘ, ਹਰਲਵਲੀਨ ਕੌਰ ਅਤੇ ਸੁਨੀਲ ਕੁਮਾਰ। ਇਹਨਾਂ ਦੇ ਜਦੋਂ ਬਿਆਨ ਲਿਖ ਕੇ ਫਿਰ ਅਸੀਂ ਸਾਡੇ ASI ਸਾਹਿਬ ਨੇ ਪੂਰੀ ਪੜਤਾਲ ਕਰਕੇ ਮੌਕੇ 'ਤੇ ਜਾ ਕੇ ਸਾਰੀ ਗੱਲ ਵੈਰੀਫਾਈ ਕਰਕੇ ਉਹ 452 ਦਾ ਇੰਟਰਸੈਕਸ਼ਨ FIR ਨੰਬਰ 31 30 FIR ਨੰਬਰ 30 ਦਿੱਤੀ 15 ਤਰੀਕ ਨੂੰ, 15/3/2024 ਨੂੰ, ਇੰਟਰਸੈਕਸ਼ਨ 452 ਅਸੀਂ ਉਹ ਜਦੋਂ FIR ਦਰਜ ਕੀਤੀ। ਬਸ ਉਸ ਤੋਂ ਬਾਅਦ ਗੱਲ 2 ਦਿਨ ਸ਼ਾਂਤ ਰਹੀ ਅਤੇ ਉਹ ਜਿਹੜੇ ਰੰਜਿਸ਼ ਰੱਖਦੀ ਹੈ ਉਹ ਕਹਿੰਦੇ ਜਿਵੇਂ ਉਹਨੇ ਕਹਿਣ ਮੁਤਾਬਕ ਵੀ ਉਹ DSP ਸਾਹਿਬ ਨਾਲ ਰੰਜਿਸ਼ ਰੱਖਦੀ ਹੈ। DSP ਸਾਹਿਬ ਜਿਹੜੇ ਰਿਟਾਇਰ ਨੇ, ਉਹ ਬਜ਼ੁਰਗ ਨੇ, ਉਹ ਉਸਦੇ ਬਿਆਸ ਜਾਂਦੇ ਨੇ, ਉਹ ਸ਼ੁੱਕਰਵਾਰ ਨੂੰ ਬਿਆਸ ਚਲੇ ਗਏ। ਉਹ ਜਦੋਂ ਐਤਵਾਰ ਨੂੰ ਆਏ, ਪਰ ਜਿਵੇਂ ਕੋਈ ਬੰਦਾ ਵੇਟ ਹੀ ਕਰਦਾ ਹੁੰਦਾ ਲੜਾਈ ਦੀ, ਉਸ ਤੋਂ ਬਾਅਦ ਇਹਨਾਂ ਦੀ ਫਿਰ ਲੜਾਈ ਹੋਈ ਅਤੇ ਉਹ ਸਾਡੇ ਕੋਲ ਜਿਹੜੀ ਕਲਿੱਪ ਉਹਨਾਂ ਨੇ ਪੇਸ਼ ਕੀਤੀ ਹੈ ਉਹਦੇ 'ਚ ਦਿਖ ਰਿਹਾ ਵੀ ਇੱਕ ਜਿਹੜੀ ਲੇਡੀ ਆ, ਲੇਡੀ ਨੇ DSP ਦੇ ਗਲੇ ਨੂੰ ਹੱਥ ਪਾਇਆ ਹੋਇਆ ਅਤੇ ਗਲੇ ਤੋਂ ਹੱਥ ਪਾ ਕੇ ਉਹਨੂੰ ਖਿੱਚਦੀ ਪਈ ਉਹਨਾਂ ਨੂੰ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਬੰਦੇ 4 ਦਾਖਲ ਹੋ ਗਏ ਲਤਾ ਪਾਰਟੀ ਦੇ ਬੰਦੇ ਦਾਖਲ ਹੋ ਗਏ ਅਤੇ ਜਦੋਂ ਸਾਡੇ ਥਾਣੇਦਾਰ ਸਾਹਿਬ ਬਿਆਨ ਲਿਖਣਗੇ, ਉਹਨਾਂ ਦੀ ਜਿਹੜੀ ਸੱਟਾਂ ਨੇ ਉਹ ਅੰਡਰ ਸੈਕਸ਼ਨ, ਮਤਲਬ ਵੀ ਉਹ ਬਿਲਕੁਲ ਬਲੰਟ ਨੇ, ਕੋਈ ਇਹੋ ਜਿਹਾ ਸੈਕਸ਼ਨ ਨਹੀਂ ਹੈ ਜਿਹੜਾ ਕੋਈ ਜਿਹਦੇ ਨਾਲ ਕੋਈ FIR ਦਰਜ ਕਰਨ ਵਾਲੀ ਗੱਲ ਬਣਦੀ ਹੋਵੇ। ਉਹ ਜਿਹੜਾ ਸੀ ਸਾਰੀਆਂ ਰਸਨਾ ਬਲੰਟ ਨੇ, ਉਹ 'ਚ 23 ਦੀ ਅਸੀਂ ਰਫਤ ਲਿਖੀ ਹੈ ਅਤੇ ਉਹਦੀ ਪੜਤਾਲ ਕਰ ਰਹੇ ਹਾਂ, ਜਿਹੜੀ ਅਸੀਂ ਅੰਡਰ ਆਬਜ਼ਰਵੇਸ਼ਨ ਰੱਖੀ ਹੋਈ ਹੈ, ਪੜਤਾਲ ਕਰ। ਜੇ ਕੋਈ ਇਹੋ ਜਿਹੀ ਗੱਲ ਆਊਗੀ ਵੀ ਕੋਈ ਉੱਦਾਂ ਦੀ ਗੱਲ ਹੋਈ ਹੈ, ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਕੋਈ FIR ਨਹੀਂ ਦਰਜ ਕਰਨੀ, ਜੇ ਕੋਈ ਉਹੋ ਜਿਹੀ ਗੱਲ ਸਾਹਮਣੇ ਆਊਗੀ ਪੱਕਾ ਦਰਜ ਕਰਾਂਗੇ। ਪਰ ਅਸੀਂ ਉਹ ਪੜਤਾਲ 'ਤੇ ਰੱਖੀ ਹੋਈ ਹੈ ਅਤੇ ਉਹ ਪੜਤਾਲ ਚੱਲ ਰਹੀ ਹੈ ਅਤੇ ਇਹ ਮਤਲਬ ਵੀ ਜਾਂ ਪ੍ਰੈਸ਼ਰ ਪ੍ਰੈਕਟਿਸ ਲਾ ਲਓ, ਜੋ ਵੀ ਲਾ ਲਓ ਕਰਕੇ, ਇਹ ਚਾਹੁੰਦੇ ਆ ਵੀ ਪੁਲਿਸ ਅੰਡਰ ਪ੍ਰੈਸ਼ਰ ਆ ਕੇ ਕੋਈ FIR ਦਰਜ ਕਰੇ। ਇੱਦਾਂ ਅਸੀਂ ਪ੍ਰੈਸ਼ਰ ਹੇਠ ਆ ਕੇ ਬਿਲਕੁਲ ਪ੍ਰੈਸ਼ਰ ਨਹੀਂ, FIR ਦਰਜ ਹੋਣੀ, ਇਹ ਸਾਨੂੰ ਸੀਨੀਅਰ ਸਾਡੇ ਪੁਲਿਸ ਅਫਸਰਾਂ ਵੱਲੋਂ ਬਿਲਕੁਲ ਹਦਾਇਤ ਆ ਵੀ ਕੋਈ ਵੀ ਕੰਮ ਪ੍ਰੈਸ਼ਰ ਹੇਠ ਆ ਕੇ ਨਹੀਂ ਕਰਨਾ। ਥੈਂਕ ਯੂ।